रिंपी हाँ जी मैं गल करनी ही तेरे ना केड़ी गल बोलो देख रिंपी मैं तेरी ते तेरी सहेली दियां गल्लां सुनियां ने ते की हो गया देख जो कुछ भी हैगा ना तू मैनूं खोल के एक वारी दस दे ऑफिस लेट होना वेख तेरी सहेली भी तो उत्थे ही ऑफिस च काम करदी आ ना सगो की तेनूं जॉब ते भी उहने लवाया सी ਉਹ ਜਲਦੀ ਘਰ ਆ ਜਾਂਦੀ ਹੈ ਤੇਰਾ ਇੰਨਾ ਕਿਹੜਾ ਵਰਕ ਲੋਡ ਆ ਜਿਹੜਾ 9 ਵਜੇ ਤੱਕ ਮੁੱਕਦਾ ਨਹੀਂ ਆ ਯਾਰ ਮੇਰੀ ਨਿਊ ਨਿਊ ਜੌਬ ਲੱਗੀ ਆ ਉਹ ਪੁਰਾਣੀ ਆ ਉਹਦੇ ਸਾਲ ਜਾਂਦਾ ਵਾ ਮੈਂ ਇਤਰਾ ਕਹਾਂਗੀ ਮੈਂ ਹੁਣੇ ਜਾਣਾ ਮੈਂ ਇਤਰਾ ਟਾਈਮ ਨਹੀਂ ਮੇਰੇ ਕੋ ਤੇ ਅਗਲਾ ਨੇ ਕਹਾਂ ਜਾਓ ਫਰਤੀ ਘਰ ਦੇ ਕੰਮ ਕਰੋ ਅੱਜ ਮੈਨੂੰ ਨੀਡ ਹੈ ਜੌਬ ਦੀ ਚੱਲ ਰਿੰਕੀ ਮੈਂ ਤੇਰੀ ਆਹ ਗੱਲ ਵੀ ਮੰਨ ਲੈਣਾ ਵਾ ਤੇ ਉਹ ਜਿਹੜੀ ਪੈਸਿਆਂ ਵਾਲੀ ਗੱਲ ਸੀ ਉਹ ਤੇ ਯਾਰ ਉਹਨੂੰ ਕਿਹਾ ਤੇ ਆ ਚੱਲ ਵੇਖ ਰਿੰਪੀ ਜੇ ਹੁਣ ਕੋਈ ਗੱਲ ਹੈਗੀ ਨਾ ਤੇ ਮੈਨੂੰ ਹੁਣੇ ਕਲੀਅਰ ਕਰ ਦੇ ਮੈਂ ਇੱਥੇ ਗੱਲ ਨੂੰ ਖਤਮ ਕਰ ਦਾਂਗਾ ਜੇ ਬਾਅਦ ਚ ਮੈਨੂੰ ਬਾਹਰੋਂ ਕੁਝ ਪਤਾ ਲੱਗਾ ਨਾ ਫਿਰ ਬਹੁਤ ਗਲਤ ਹੋਊਗਾ ਤੇ ਜਦੋਂ ਕੋਈ ਗੱਲ ਹੀ ਨਹੀਂ ਹੈਗੀ ਮੈਂ ਕਲੀਅਰ ਕੀ ਕਰਾਂ ਐਵੇਂ ਪਤਾ ਨਹੀਂ ਕਿਹੜੀ ਗੱਲ ਦਾ ਵਹਿਮ ਪਾ ਕੇ ਬੈਠੇ ਦਿਮਾਗ 'ਚ ਯਾਰ ਇੰਪੀ ਵੇਖ ਮੈਂ ਵੀ ਇਸ ਘਰ ਦੇ ਵਿੱਚ ਰਹਿਣਾ ਵਾਂ ਤੇਰੀ ਚੀਜ਼ਾਂ ਨੋਟਿਸ ਕਰਦਾ ਵਾਂ ਤਾਂ ਹੀ ਤੈਨੂੰ ਮੈਂ ਕਹਿਣਾ ਇੰਨੇ ਸਾਲਾਂ ਤੋਂ ਆਪਾਂ ਕਿੰਨੇ ਪਿਆਰ ਨਾਲ ਰਹਿਣੇ ਉਦੋਂ ਕਿਉਂ ਨਹੀਂ ਮੈਂ ਤੈਨੂੰ ਕੁਝ ਕਹਿਤਾ ਜੇ ਮੈਨੂੰ ਹੁਣ ਤੇਰੇ ਵਿੱਚ ਕੋਈ ਚੇਂਜਸ ਦਿਖਣਦੀਆਂ ਤਾਂ ਹੀ ਤੇ ਮੈਂ ਤੈਨੂੰ ਕਹਿਣਾ ਵਾਂ ਹਾਏ ਹਾਏ ਪਤਾ ਨਹੀਂ ਮੈਨੂੰ ਤੇ ਇਹ ਸਮਝ ਨਹੀਂ ਆਉਂਦਾ ਤੁਹਾਡੇ ਕਿਹੜੀਆਂ ਚੇਂਜਸ ਆ ਗਈਆਂ ਮੇਰੇ 'ਚ ਮੈਂ ਤੇ ਉਹੀ ਪਹਿਲੀ ਵਾਲੀ ਆ ਨਾ ਯਾਰ ਵੇਖ ਰਿੰਪੀ ਤੇਰੇ ਕਹਿਣ ਨਾਲ ਕੀ ਹੁੰਦਾ ਵਾ ਹੁਣ ਮੈਂ ਗਲਤ ਹੋ ਸਕਦਾ ਮੰਮੀ ਥੋੜੀ ਗਲਤ ਆ ਉਹ ਵੀ ਕਹਿੰਦੇ ਨੇ ਕਿ ਤੂੰ ਬਹੁਤ ਬਦਲ ਗਈ ਅੱਗੇ ਨਾਲੋਂ ਤੈਨੂੰ ਘਰ ਦੇ ਵਿੱਚ ਕਿਸੇ ਚੀਜ਼ ਦਾ ਧਿਆਨ ਹੀ ਨਹੀਂ ਹੁੰਦਾ ਤੈਨੂੰ ਬਸ ਆਫਿਸ 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 ਹਾਂ ਜਿਵੇਂ ਤੁਸੀਂ ਮੈਨੂੰ ਬਹੁਤ ਟਾਈਮ ਦਿੰਦੇ ਸੀ ਨਾ ਵੇਖ ਰਿੰਪੀ ਤੈਨੂੰ ਟਾਈਮ ਦਈਏ ਤੇ ਕਿਹੜੇ ਟਾਈਮ ਦਈਏ 8-9 ਵਜੇ ਤੈਨੂੰ ਆਫਿਸ ਜਾਣ ਦੀ ਪਈ ਹੁੰਦੀ ਆ ਰਾਤੀ 9:30 ਵਜੇ ਤੂੰ ਘਰੇ ਆਉਂਦੀ ਆ ਨਾਲੇ ਜੇ ਤੂੰ ਘਰੇ ਆ ਵੀ ਜਾਂਦੀ ਆ ਫਿਰ ਤੈਨੂੰ ਹੁੰਦਾ ਮੇਰਾ ਆਫਿਸ ਦਾ ਆਹ ਕੰਮ ਪਿਆ ਵਾ ਸਾਰਾ ਦਿਨ ਤੇਰੀ ਫੋਨ ਦੀ ਟਿਕ ਟਿਕ ਚੱਲਦੀ ਰਹਿੰਦੀ ਆ ਤੇ ਕਦੀ ਪਿਆਰ ਦਾ ਪੁੱਛਿਆ ਵੀ ਜੇ ਕਿ ਚਲਾ ਚੱਲੀਏ ਬਾਹਰ ਕਿਤੇ ਘੁੰਮ ਕੇ ਆਈਏ ਯਾਦ ਕਰ ਜਦੋਂ ਮੈਂ ਤੈਨੂੰ ਬਾਹਰ ਲੈ ਕੇ ਗਿਆ ਸੀਗਾ ਉਦੋਂ ਵੀ ਤੇਰਾ ਫੋਨ ਵੱਲ ਹੀ ਧਿਆਨ ਸੀ ਤੇ ਕੀ ਹੋ ਗਿਆ ਸੀ ਯਾਰ ਇੰਪੀ ਅਸੀਂ ਬਾਹਰ ਗਏ ਆ ਘੱਟੋ ਘੱਟ ਤੈਨੂੰ ਮੇਰੇ ਵਾਸਤੇ ਟਾਈਮ ਤੇ ਕੱਢਣਾ ਚਾਹੀਦਾ ਵਾ ਕਿ ਬਾਹਰ ਜਾ ਕੇ ਵੀ ਆਫਿਸ ਦੇ ਕੰਮ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਤੁਹਾਨੂੰ ਹੋ ਕੇ ਗਿਆ ਵਾ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਯਾਰ ਦੇਖ ਰਿੰਪੀ ਇਹ ਚ ਵਿਸ਼ਵਾਸ ਵਾਲੀ ਗੱਲ ਕਿੱਥੋਂ ਆ ਗਈ ਹੁਣ ਜਿਹੜੀਆਂ ਚੀਜ਼ਾਂ ਮੈਂ ਅੱਖੀ ਵੇਖਣਿਆ ਵਾ ਉਹਦੇ ਵਿੱਚ ਮੇਰੀ ਥੋੜੀ ਗਲਤੀ ਆ ਕੋਈ ਕੀ ਅੱਖੀ ਦੇਖ ਰਿਹਾ ਤੂੰ ਦੱਸੋ ਸਹੀ ਮੈਨੂੰ ਯਾਰ ਸਾਰਾ ਦਿਹਾੜੀ ਤੇਰਾ ਫੋਨ ਨਹੀਂ ਬੰਦ ਹੁੰਦਾ ਆ ਵੇਖ ਹੁਣ ਵੀ ਆਪਾਂ ਗੱਲ ਕਰਦੇ ਕਿੰਨੀ ਦੇਰ ਹੋ ਗਈ ਆ ਆ ਫੋਨ ਤੇਰਾ 1 ਮਿੰਟ ਸਾਇਲੈਂਟ ਨਹੀਂ ਹੋਇਆ ਕੋਈ ਇੰਨਾ ਕਿਹੜਾ ਨੋਖਾ ਕੰਮ ਤੂੰ ਕਰ ਲੱਭੀਆਂ ਜਿਹੜਾ ਤੇਰਾ ਕੰਮ ਹੀ ਨਹੀਂ ਮੁੱਕਦਾ ਵੇਖ ਰਿੰਪੀ ਜੇ ਤੈਨੂੰ ਵਰਕ ਲੋਡ ਜ਼ਿਆਦਾ ਵਾ ਨਾ ਆਪਾਂ ਮਿਲ ਕੇ ਕੋਈ ਹੋਰ ਜੋਬ ਲੱਭ ਲੈਨੇ ਆ ਤੇ ਇਹ ਗੱਲ ਬੰਦਾ ਪਿਆਰ ਨਾਲ ਸਮਝਾ ਸਕਦਾ ਨਾ ਤੁਸੀਂ ਚੱਲ ਦੇਖ ਰਿੰਪੀ ਤੂੰ ਮੈਨੂੰ ਦੱਸ ਦੇ ਤੂੰ ਮੇਰੇ ਨਾਲ ਗੱਲ ਤੇ ਕਰ ਕਿ ਵਰਕ ਲੋਡ ਉੱਥੇ ਮੈਨੂੰ ਜ਼ਿਆਦਾ ਵਾ ਆਪਾਂ ਕੋਈ ਹੋਰ ਜੋਬ ਕਰ ਲਾਂਗੇ ਇਹੋ ਜਿਹੀ ਜੋਬ ਦਾ ਕੀ ਕਰਨਾ ਕਿ ਜਿੱਥੇ ਬੰਦਾ ਡਿਪਰੈਸ਼ਨ 'ਚ ਹੀ ਨਾ ਰਵੇ ਯਾਰ ਹਾਏ ਮੇਰੇ ਕੋਲ ਕੋਈ ਹੋਰ ਜੋਬ ਨਹੀਂ ਹੈਗੀ ਜਿੰਨੇ ਨਹੀਂ ਹੁੰਦੀ ਉਹਨੇ ਦੇ ਉੱਤੇ ਕਰਨ ਦੋ ਮੈਨੂੰ ਚੱਲ ਇਦਾਂ ਕਰ ਫਿਰ ਮੈਂ ਤੇਰੇ ਵਾਸਤੇ ਜੋਬ ਲੱਭਦਾ ਨਾ ਕੋਈ ਹੋਰ ਤੇ ਆ ਕਰਦੀ ਤੇ ਪਈ ਆ ਕਹਿ ਦਿੰਦੀ ਉਹਨਾਂ ਨੂੰ ਥੋੜਾ ਮੈਨੂੰ ਵਰਕ ਲੋਡ ਥੋੜਾ ਮੇਰਾ ਘਟਾ ਦਿਓ ਚੱਲਣ ਦੇ ਦਿਨ ਨਾਲੇ ਕੋਲ ਦੀ ਕੋਲ ਆ ਮੈਨੂੰ ਤਾਂ ਲੱਗਦਾ ਰਿੰਪੀ ਤੇਰਾ ਆਪਣਾ ਮਨ ਨਹੀਂ ਹੈਗਾ ਉੱਥੋਂ ਜੋਬ ਛੱਡਣ ਦਾ ਯਾਰ ਮਨ ਦੀ ਕਿਹੜੀ ਗੱਲ ਹੈ ਇੱਥੇ ਰਿੰਪੀ ਆ ਕੀ ਤੇਰਾ ਫੋਨ ਹੀ ਨਹੀਂ ਸਾਹ ਲੈਂਦਾ ਇਹਨੂੰ ਫੋਨ ਨੂੰ ਬੰਦ ਕਰ ਆਪਣੇ ਆ ਕੀ ਗੱਲ ਹੋਈ ਸਾਈ ਫੋਨ ਨੂੰ ਬੰਦ ਕਰ ਬੰਦਾ 24 ਘੰਟੇ ਤੇਰਾ ਫੋਨ ਹੀ ਫੋਨ ਫੋਨ ਹੀ ਫੋਨ ਤੇ ਬੰਦਾ ਪਿਆਰ ਨਾਲ ਵੀ ਤੇ ਕਹਿ ਸਕਦਾ ਨਾ ਹਰ ਟਾਈਮ ਗੁੱਸਾ ਹੀ ਰਹਿਣਾ ਬਸ ਮੂੰਹ ਤੇ ਹੱਲੇ ਵੀ ਤੇਰਾ ਫੋਨ ਬੰਦ ਨਹੀਂ ਹੁੰਦਾ ਆਲੋ ਕਰਤਾ ਤੇ ਫੋਨ ਬੰਦ ਫਿਰ ਤੂੰ ਕਹਣਾ ਮੈਂ ਹੀ ਗਲਤ ਆ ਮੈਂ ਕਲੇਸ਼ ਕਰਦਾ ਵਾਂ ਐਸਾ ਨਹੀਂ ਕਰੀਦਾ ਹੁੰਦਾ ਤੈਨੂੰ ਆਪ ਹੀ ਉਹਨੂੰ ਬੁਲਾਉਣਾ ਪੈਣਾ
ਤੈਨੂੰ ਜਿਹੜੀ ਮੈਂ ਗੱਲ ਸਮਝਾਈ ਆ ਤੈਨੂੰ ਸਮਝ ਨਹੀਂ ਲੱਗੀ ਦੇ ਜਵਾਬ ਤੈਨੂੰ ਸਮਝ ਨਹੀਂ ਲੱਗੀ ਮੈਂ ਤੈਨੂੰ ਕੀ ਕਿਹਾ ਨਹੀਂ ਮੰਮੀ ਉਹ ਤਾਂ ਮੈਂ ਸਮਝਦੀ ਹਾਂ ਸਾਰਾ ਕੁਛ ਚਲੋ ਮੈਂ ਟਰਾਈ ਕਰਾਂਗੀ ਟਰਾਈ ਨਹੀਂ ਕਰਨੀ ਕਰਨਾ ਹੀ ਕਰਨਾ ਠੀਕ ਹੈ ਤੇ ਕੋਈ ਗੱਲ ਨਹੀਂ ਆਟਾ ਮੈਨੂੰ ਦੇ ਮੈਂ ਫੁਲਕੇ ਲਾ ਦੇਣੇ ਜਾਵੇ ਬੁਲਾ ਬੜੀ ਸਮਝਦਾਰੀ ਨਾਲ ਤੈਨੂੰ ਚੱਲਣਾ ਪੈਣਾ ਇੱਥੇ ਤੇ ਬੜਾ ਕੁਝ ਸਹਿਣਾ ਵੀ ਪੈਣਾ ਜੇ ਤੂੰ ਚਾਹੁੰਦੀ ਹੈ ਨਾ ਕਿ ਮੈਂ ਆਪਣੇ ਆਦਮੀ ਨੂੰ ਵਾਪਸ ਲੈ ਕੇ ਆਵਾਂ ਹਾਲਾਤਾਂ ਨਾਲ ਤੈਨੂੰ ਸਮਝੌਤਾ ਕਰਨਾ ਹੀ ਪੈਣਾ ਤੇ ਸਮਝਦਾਰੀ ਨਾਲ ਚੱਲਣਾ ਪੈਣਾ ਕਾਲੇ ਨਹੀਂ ਪੈਣਾ ਇਹਦੇ 'ਚ ਮੈਨੂੰ ਪਤਾ ਤੂੰ ਆਪਣੀ ਜਗ੍ਹਾ 'ਤੇ ਬਹੁਤ ਸਹੀ ਹੈ ਸਹੀ ਹੋਣ ਦੇ ਬਾਵਜੂਦ ਵੀ ਤੈਨੂੰ ਝੁਕਣਾ ਪੈਣਾ ਠੀਕ ਹੈ ਮੰਮੀ ਜਿੱਦਾਂ ਤੁਸੀਂ ਕਹੋਗੇ ਮੈਂ ਉੱਦਾਂ ਹੀ ਕਰਨ ਨੂੰ ਤਿਆਰ ਹਾਂ ਬਸ ਮੇਰਾ ਘਰ ਸਹੀ ਰਹਿਣਾ ਚਾਹੀਦਾ ਪਰਮਾਤਮਾ ਕਰੇ ਐਸਾ ਹੀ ਹੋਵੇ ਚੱਲ ਜਾ ਉਹ ਚਲੋ ਅਤੇ ਨਾਸ਼ਤਾ ਮੈਂ ਤਿਆਰ ਕਰ ਦੇਣਾ ਵਾਹਿਗੁਰੂ ਜੀ ਮੇਰੀ ਧੀ ਪੁੱਤ ਦਾ ਘਰ ਸਾਰਾ ਸਹੀ ਕਰ ਦਿਓ ਮੈਨੂੰ ਪਤਾ ਵੀ ਹੈ ਕਿ ਅਮਨ ਹੁਣ ਉਹ ਅਮਨ ਵੀ ਆ ਆਪਣੇ ਭਗਵਾਨ ਨੂੰ ਟਾਈਮ ਹੀ ਦੇ ਰਿਹਾ ਪਰ ਮੈਂ ਕੀ ਕਰਾਂ ਇੱਕ ਮਾਂ ਹੋਣ ਦੇ ਨਾਤੇ ਜਿੰਨਾ ਚੱਕਰ ਸੱਚ ਮੇਰੇ ਸਾਹਮਣੇ ਨਹੀਂ ਆਉਂਦਾ ਮੈਂ ਅਮਨ ਨੂੰ ਗਲਤ ਨਹੀਂ ਕਹਿ ਸਕਦੀ ਜਿਹੜਾ ਮੈਂ ਤੇ ਸ਼ਮੀ ਨੇ ਸੋਚਿਆ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਕੌਣ ਸਹੀ ਹੈ ਤੇ ਕੌਣ ਗਲਤ ਹੈ ਚੱਲ ਐ ਸ਼ਮੀ ਆਟਾ ਵੀ ਫੁਲਕੇ ਲਾ ਲਓ ਮੈਨੂੰ ਪਤਾ ਮੈਂ ਬੋਲੀ ਆ ਤੁਹਾਨੂੰ ਤਾਂ ਹੀ ਤੇ ਸੋਰੀ ਮੰਗਣ ਦੀ ਆ ਚਲੋ ਹੁਣ ਇੱਕ ਵਾਰੀ ਤੇ ਮਾਫ ਕਰ ਦੋ ਮੈਨੂੰ ਸਹੀ ਰਹੋ ਮੇਰੇ ਨਾਲ ਜਦੋਂ ਤੁਸੀਂ ਬੋਲਦੇ ਨੀ ਨਾ ਮੇਰੇ ਨਾਲ ਮੈਨੂੰ ਪਤਾ ਨੀ ਕੀ ਹੁੰਦਾ ਜੇ ਚੱਲ ਕੋਈ ਨੀ ਤੂੰ ਵੀ ਧਿਆਨ ਰੱਖਿਆ ਕਰਨਾ ਤੇ ਮੂੰਹ ਇੱਧਰ ਕਰਕੇ ਤੇ ਕਹਿ ਦੋ ਮਾਫਾ ਨੂੰ ਬੋਲਦੀ ਨਹੀਂ ਹੋਣੀ ਕਿ ਨਹੀਂ ਗੱਲ ਤੇ ਨੋਕਾ ਟੋਕੀ ਕਰਦੀ ਰਹਿਣੀ ਚਲੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਅੱਗੇ ਤੋਂ ਤੁਹਾਨੂੰ ਕੁਝ ਨਾ ਵੱਧ ਘੱਟ ਬੋਲਾਂ ਤੁਹਾਡੀ ਹਰ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਹੁਣ ਸਹੀ ਹੋ ਨਾ ਮੇਰੇ ਨਾਲ ਹਾਂ ਸਹੀ ਨਾਸ਼ਤਾ ਬਣਾ ਦਾ ਤੁਹਾਨੂੰ ਜਾਣਾ ਆਫਿਸ ਆਹ ਜਾਣਾ ਨਹੀਂ ਨਾਸ਼ਤਾ ਨਹੀਂ ਕਰਾਂ ਥੋੜਾ ਬਹੁਤ ਕਰ ਲਿਓ ਨਾ ਨਾ ਇੱਕ ਵਾਰੀ ਨਾਰਾਜ਼ ਹੋ ਜਿੱਦੇ ਫਿਰ ਮੰਨਦੇ ਹੀ ਨਹੀਂ ਛੇਤੀ ਅੱਗੇ ਨਾਰਾਜ਼ ਹੁੰਦੇ ਹੁੰਦੇ ਸੀ ਤੇ ਕਿੰਨਾ ਮਨਾਉਂਦੇ ਹੁੰਦੇ ਸੀ ਮੈਨੂੰ ਉਸੇ ਵੇਲੇ ਟੈਨਸ਼ਨ 'ਚ ਪੈ ਜਾਣਾ ਇਹਨਾਂ ਨੇ ਅੱਜ ਕੱਲ੍ਹ ਤਾਂ ਕੋਈ ਫਿਕਰ ਹੀ ਨਹੀਂ ਰਹਿ ਬੋਲੋ ਨਾ ਬੋਲੋ ਇੱਕ ਹੀ ਬਰਾਬਰ ਆ ਫੋਨ ਨੂੰ ਲੋਕ ਲਾਇਆ ਇਹ ਲੋਕ ਕਦੋਂ ਦੇ ਲੱਗਣ ਲੱਗ ਪਏ ਫੋਨ ਨੂੰ ਇਹਨਾਂ ਨੇ ਤਾਂ ਕਦੀ ਫੋਨ ਨੂੰ ਲੋਕ ਨਹੀਂ ਲਾਇਆ ਇਹਦੇ 'ਚ ਐਸਾ ਕੀ ਹੈ ਬੋਲਦੇ ਨਹੀਂ ਪਏ ਸਹੀ ਤਰ੍ਹਾਂ ਮੇਰੇ
मैं तो सॉरी मंग ली एक गल दसा मम्मी इन्होंने कभी फोन लॉक नहीं लाया इस गल का तुम्हें भी पता था मैं भी पढ़ लैनी ना फोन कोई गल नहीं फोन में लॉक लग गया अजक कोई गल नहीं बंदे अणखी होंगे इस करके तू चुप की तेन जिड़ी मैं गल कही है ना तू उतरा ही चल सब कुछ सही होगा मैं तो मम्मी रोटी भी पूछी मैं क्या नाश्ता बना दा कहते मैं नहीं खाना है बाकी मैं शरबत पहले बना के देता ही होने उन्होंने कोई गल नहीं किन्ने दिन बाहरों खाऊगा मुड़ तुड़ के तो आना घर ही है ना बस तू हौसला रख सब कुछ ठीक होएगा ये आकड़ च तो बंद आकड़ होंगी कि कोई गल नहीं जो मैं करना गलत करा सही करा वो सब ठीक ही ठीक है पर तू समझदार रहना चल पर मम्मी हर इंसान दे दिल तो होंगे ना अंदर भी ठेस पहुँचती है जनानियों के अंदर केड़ा दिल नहीं होंगे मेरी बात सुन दुखी होके की करेंगे कि अपना घर दुखी होकर घर बचा लेंगे सगों होर बिगड़ेगा तेरा घर एह जि हालात से बड़ी समझदारी चलना बनता की करेंगे तू उन्हें पूछेंगी तू बाहर तेरी किसी ना गल वो लड़ूगा की फायदा तू सगो अगे ना होर वधिया चल कि उस चीज़ का महसूस ही ना होंगे ना मम्मी पूरा क्लीयर थोड़ी होया वा हाँ अजे तो डर ही है बस बाकी जो जो वेखन नहीं है उन्होंने तो साबित होने वा कि पक्का कोई गल हैगी पहले भी इतें रेंदे ही तुम पता ही है उन्होंने कोई होंगे ही नहीं ना फोन का ना कुछ मैनू हसना गवा लैके भी जाना किन्ना किन्ना चिर अं गल करते रहना पहले भी काम होंगे ही नहीं अजक वक्रे काम हो लगे मम्मी मैं सब समझती हूँ कि तू की कहना चाहती तुम पता ही है सवेर तो लैके शाम तक वेट करती रही कदों घर आवगी उन्होंने पसंद की रोटी बनाई है उन्होंने पसंद की हर चीज़ बनाई है कि उन्होंने वधिया लगे पहले इन्ने खुश होंगे ही घर आके अजकल ध्यान ही नहीं करते जे पुछो सब्जी किदा की बनी है सब्जी ठीक बनी आ कादी खाधी पता नहीं आ जड़ी तू देती खा ली अजकल यही नहीं पता होंगे कि सब्जी कादी है अमन मेरी गल सुन के जाने अमी जा आ जा मैं हाँ जी अमन वेख जो बच्चा कोई गलत काम करता ना जो सही काम करता सारे ना पहला वो माँ को पता लगता तो जो वही बच्चा विहया जाता फिर वो जनानी को पता लगता वो गल वक्री है कि चुप कीती रही अमन तेरा रवैया थोड़ा जा बदलता जान रहा घर प्रति अपने परिवार प्रति मम्मी जी तुम की गल कर मैं समझ नहीं आती तेन पता मैं की कह रही हूं तुम उदन भी क्या समझाया है कि थोड़ा काम का बर्डन है इस करके मैं थोड़ी तु भी बस वो पिछे लगे जाने वो तो कर दी करी जाती नहीं नहीं मैं पिछे नहीं लगन डे मैं तो खुद तेरे वाले वेखन डे कि तू कि बदल गया तू परिवार हसता से हसा से पूरा टाइम देना हों पर हूं तो पुत तेन किसी का कोई फिक्र नहीं तू कभी मैं पूछे कि मम्मी तुम किसी की चीज की जरूरत हैगी कि नहीं हैगी मम्मी जी इदा नहीं कोई गल है तुम क्या है ना उदन मैं नहीं कोई इदा की गल टेंशन ना लाओ कोई टेंशन होनी क्यों नहीं तेरे सवाए हैगा कौन मेरा जे मैं घड़ी घर ना दिखना रोला पा देना मम्मी कित्थे मम्मी कित्थे पर हुण तो कुछ भी नहीं पुछता जो तू काम तो आना हुंदा ले मैनू कहिंदा हुंदा सी मम्मी शम्मी ना खिड़े मत्थे मैनू उठांदी हूँ तो दूर तो पहला उठ जाना बस नाना तोना तो दबदा भज जाना ना तेरे रोटी का फिक्र
किसी चीज का तेन कोई फिक्र नहीं है, बस चुप ही रहना चुप ही रहना। मम्मी जी इदा की कोई गल नहीं है, थोड़ा जल्दी जाना होंगे इस करके फिर नाश्ता बारा उत्थे कर लेदा वा। तू तो नाश्ता कभी बाहरों किया ही नहीं सी, तू बाहर तो कुछ खाता ही नहीं सी। हम तेरा हादसा कितने चले गए, तू तो चुप ही रहना। जे कोई गल है तो मैं दस, पहला वाला तू अमल नहीं रहा, तू मन भावे ना मन। नहीं कोई गल मम्मी जी इदा जी इदा की कोई गल नहीं, हो जाऊगा ना ठीक, कोई गल नहीं, थोड़ा जहा काम दगा मैं करा। ऐसा केड़ा काम है जिहड़ा मेरे पुत्त नूं अंदर अंदर खाई जांदा। कोई गल नहीं जी, ओहदे वल भी देख, ओहदा भी हासा गवाच गया। नहीं कोई गल नहीं, जे तां तुहाडे दोवां च कोई लड़ाई झगड़ा मैनूं तां दसो। मम्मी जी मैं तो इन्होंने कई बार पूछती हूँ कि जे कोई गल है मन च तो तुम मेरे ना कर सकते जी, पर कुछ दसते ही नहीं मैनू, सारे चेंज ही हो गए। यार कोई गल हो गए तो दसा, इदा मैं दसो की दसी है, तुम दसा तो दया भी काम है वा, काम के करके थोड़ा प्रैशर है। चला मैं ऑफिस लेट हो, पर अमन हजे तो 8 बजे। मैं तुम फिर पूछन दी हूँ, नाश्ता बना दा करके जायो नाश्ता। नहीं नाश्ता नहीं करना, नहीं नाश्ता कर लूंगा। टेंशन ना लाओ, कहीं हो जाएगा ठीक। चलो मम्मी चिंता ना करो, तुम जो भी होगा सामने तो आऊगा ही ना एक दिन। सामने पता नहीं की आएगा, मैं तो ऐसी गल का डर बैठा आया। हेलो हाँ जी सर, जी फाइल कही थी ना मैं तुहाडी ईमेल ते सेंड करती है, तुसीं चेक कर लो। हाँ जी हाँ जी सर, वो भी फाइल कंप्लीट है। हाँ मैं तुहाडे कैबिन तक पहुँचा दिंदा सर। ठीक है सर। हेलो हाँ जी बहन जी, मेरे कैबिन आए हुए था। हाँ जी आज हेलो हाँ जी साहब, मैं बहुत वधिया, तुसीं दसो। बस कुछ नहीं, ऑफिस बैठा है, तुहानूं पता ही है ऑफिस वालों की लाइफ, बस घर तो ऑफिस, ऑफिस तो घर। नहीं किन्नू वेख्या तुसीं, रिंपी नूं? नहीं नहीं तेनू गलत फहमी हुई होनी कोई, वह तो इस टाइम ऑफिस होंदी है, नाले उन्हें कहना बह के जाना कि तू एडे यकीन ना कि मैं कह सकता वा। नहीं मैं तेनू कहना तेनू भुलेख लगा होना कोई। हाँ मैं कोई नहीं हूने रिंपी पूछ लिना वा, वेखी ऑफिस ही होनी। फोटो भेजी तू, चल मैं फोटो देखता। हेलो हाँ जी, रिंपी कितने पक्का ऑफिस ही आना तू, कितने बाहर तो नहीं गई तू कि खाना खाना? नहीं नहीं मैं ऑफिस आ गई। वेख ला यार क्या ऑफिस हो, चल ठीक है मैं तेरे वीडियो कॉल करा। वीडियो कॉल मेरे नेटवर्क नहीं हो
ਚੱਲ ਕੋਈ ਨਹੀਂ ਤੇਰੇ ਆਫਿਸ ਵਾਈਫਾਈ ਹੈਗਾ ਵਾ ਤੂੰ ਉਹਨਾਂ ਕਨੈਕਟ ਕਰ ਲਾ। ਜੇ ਕੋਈ ਕੰਮ ਹੀ ਨਹੀਂ ਹੁੰਦਾ ਫਿਰ ਤੂੰ ਆਫਿਸ ਕਰਨ ਕੀ ਦੀਆਂ ਘਰੇ ਆ ਜਾ, ਉਹਨਾਂ ਨੂੰ ਕਹਿ ਮੈਂ ਵਿਹਲੀ ਥੋੜ੍ਹੀ ਹਾਂ। ਚੱਲ ਇੱਦਾਂ ਕਰ ਘਰੇ ਆ ਮੈਂ। ਹਾਂ ਕੋਈ ਨੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ, ਤੂੰ ਆ ਜਾ ਘਰੇ ਆ ਜਾ। ਵੇਖ ਰਿੰਪੀ ਜੇ ਤੂੰ ਹੁਣੇ ਨਾ ਆਈ ਫਿਰ ਮੈਂ ਆ ਜਾਣਾ ਤੇਰੇ ਆਫਿਸ, ਛੇਤੀ ਘਰੇ ਆ ਜਾ। ਮੈਂ ਵੀ ਉੱਥੋਂ ਆਪਣੇ ਆਫਿਸ ਨਿਕਲ ਲੱਗਾ ਵਾ ਤੇ ਮੇਰੇ ਤੋਂ ਪਹਿਲਾਂ ਤੂੰ ਘਰੇ ਹੋਣੀ ਚਾਹੀਦੀ। ਕੋਈ ਨੀ ਘਰੇ ਆ ਫਿਰ ਦੱਸਦਾ ਤੈਨੂੰ ਮੈਂ।